ਜਿਹੜੀ ਧਰਤੀ ਨੇ ਤੁਹਾਨੂੰ ਜਨਮ ਦਿੱਤਾ ਹੈ ਉਸੇ ਤੁਰਨਾ ਸਿਖਾਇਆ ਉਸੇ ਬੋਲਣਾ, ਹਾਂਜੀ, ਜਿਹਦੇ ਉੱਤੇ ਲੁਕਣ ਮਚਾਈ ਤੁਸੀਂ ਖੇਡੇ ਉਸੇ ਲੁਕਣਾ ਸਿਖਾਇਆ ਉਸੇ ਟੋਲਣਾ ਟੋਲਣਾ। ਪੰਜ ਦਰਿਆਵਾਂ ਦੀ ਮੈਂ ਕੱਲੀ ਕੱਲੀ ਭੈਣ, ਕਦੇ ਮਿਟਣ ਦਿਓ ਨਾ ਮੇਰੇ ਖਾਬ ਨੂੰ, ਵਤਨਾ ਤੋਂ ਦੂਰ ਰਹਿੰਦੇ ਪਰਦੇ ਸੀ ਹੋਏ, ਕਦੇ ਭੁੱਲਿਓ ਨਾ ਆਪਣੇ ਪੰਜਾਬ ਨੂੰ। ਵੇਖੋ ਪਤੰਦਰਾ ਸਰੋਂ ਬੀਜੀ ਖੜੀ ਹੋਰ ਟਿੱਬਿਆਂ ਦੇ ਵਿੱਚ ਨਾ। ਹਾਂ ਤਾਂ ਦੋਸਤੋ, ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਘੁੰਮਣ ਆਇਆ ਰਾਜਸਥਾਨ ਦੇ ਵਿੱਚ। ਇਸ ਵਕਤ ਅਸੀਂ ਪਟਰੀ 'ਤੇ ਹਾਂ ਅਤੇ ਅੱਗੇ ਹੈਗੇ ਟਿੱਬੇ ਬਹੁਤ ਵੱਡੇ ਵੱਡੇ, ਅਤੇ ਮੈਂ ਅਤੇ ਗੁਰਜੀਤ ਗੱਲਾਂ ਕਰੀ ਜਾਂਦੇ ਸੀ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਦਾੜ ਲੱਗੀ ਆ ਨਾ, ਇਹ ਪੰਜਾਬ ਨੇ ਮੁੱਲ ਖਰੀਦਣੀ ਆ, ਕਿਉਂਕਿ ਆਪਣੇ ਪੰਜਾਬ ਦੇ ਵਿੱਚ ਮਿੱਟੀ ਬਿਲਕੁਲ ਹੀ। ਗੁਰਜੀਤ, ਟਿੱਬਾ ਦਿਸਦਾ ਕੋਈ ਹੁਣ? ਨਹੀਂ ਦਿਸਦਾ। ਨਹੀਂ ਦਿਸਦਾ ਨਾ, ਨਹੀਂ ਦਿਸਦਾ। ਰੇਤਾ ਵੀ ਹੈ ਨਹੀਂ ਕੁੱਲ ਮਿਲਾ ਕੇ, ਨਹੀਂ ਹੈਗੀ, ਅਤੇ ਆਹ ਰੇਤਾ ਵਿਕਣੀ ਆ ਕਿਸੇ ਨਾ ਕਿਸੇ ਦਿਨ, ਇਸ ਰੇਤਾ ਦਾ ਮੁੱਲ ਪੈਣਾ ਜਿਹੜੇ ਦੜੇ ਲੱਗੇ ਨਾ। ਹਾਂਜੀ, ਲੋਕਾਂ ਨੇ ਕੋਠੀਆਂ ਪਾਉਣ ਵਾਸਤੇ ਮੁੱਲ ਲਿਜਾਣੀ ਆ, ਮੰਨੇਗਾ ਕਿਸੇ ਨਾ ਕਿਸੇ ਆਉਣ ਵਾਲੇ ਯੁੱਗ ਨੂੰ, ਭਲਾਂ ਦੀ 100, 200, 300 ਸਾਲ ਤੱਕ। ਸਹੀ ਗੱਲ ਹੈ ਨਾ, ਆਪਣੇ ਉੱਧਰ ਪੰਜਾਬ 'ਚ ਰੇਤਾ ਨਹੀਂ ਇਹੋ ਜਿਹੀ ਹੈਗੀ, ਲਾਲ ਇਹੋ ਜਿਹੀ ਲਾਲ ਰੇਤਾ ਵੀ ਹੈ ਨਹੀਂ। ਰੇਤਾ ਵੈਸੇ ਵੀ ਘੱਟ ਆ, ਵੀ ਮਤਲਬ ਕਿ ਥੱਲੇ ਹੁਣ ਧਰਤੀ 'ਚੋਂ ਕਿੰਨੀ ਕੁ ਰੇਤਾ ਕੱਢੀ ਜਾਣਗੇ ਕਿ ਨਹੀਂ। ਵੇਖੋ ਜੀ, ਆਹ ਰੇਲਵੇ ਲਾਈਨ ਦੇ ਉੱਪਰ ਆ, ਅਤੇ ਤੁਹਾਨੂੰ ਸਰੋਂ ਵਿਖਾ ਦਿੰਦੇ ਆ ਰਿਹਾ ਗੁਰਜੀਤ ਹੋਈ, ਸਰੋਂ ਦਿਖਾਉਂਦੇ ਹਾਂ ਟਿੱਬਿਆਂ ਦੇ ਉੱਪਰ, ਸਰੋਂ ਲੋਕਾਂ ਨੇ ਬੀਜੀ। ਕਹਿੰਦੇ ਟਿੱਬੇ ਤਾਂ ਸਰੋਂ ਜਮਾਈ, ਟਿੱਬੇ ਤਾਂ ਸਰੋਂ ਜਮਾਈ ਪਈ ਹੈ ਨਾ। ਉੜ ਦਿਆ ਜੇ ਵਲੌਗ ਬਣਾਵਾਂਗੇ ਅਸੀਂ ਰਾਜਸਥਾਨ ਦੀ, ਇਕੱਲੀ ਇਕੱਲੀ ਚੀਜ਼ ਵਿਖਾਵਾਂਗੇ, ਇੱਧਰ ਵਿਖਾਉਣੇ ਤੁਹਾਨੂੰ ਸਰੋਂ ਅਸੀਂ। ਗੁਰਜੀਤ, ਵੇਲਾ ਇਹ ਸਰੋਂ ਮਿਲਦਾ ਮੀਂਹ ਦੇ ਸਿਰ 'ਤੇ ਹੀ ਆ। ਹਾਂ ਹੈ ਨਾ, ਪਾਣੀ ਪੂਣੀ ਦਾ ਇੱਥੇ ਕਿਹੜਾ ਲੱਗਦਾ? ਨਹੀਂ ਨਹੀਂ, ਪਾਣੀ ਨਹੀਂ ਲੱਗਦਾ, ਰੱਬ 'ਤੇ ਆਸਾਂ ਰੱਖੀ ਬੈਠੇ ਆ ਦੋਸਤੋ। ਆ ਰੱਬ 'ਤੇ ਆਸਾਂ ਨੇ, ਜੇਕਰ ਮੀਂਹ ਪਊਗਾ ਤਾਂ ਫਸਲ ਹੋਣੀ ਆ, ਨਹੀਂ ਤਾਂ ਬਿਲਕੁਲ ਨਹੀਂ ਹੋਣੀ। ਇਹ 'ਚ ਕਰੰਟ ਹੋਊਗਾ, ਕਰੰਟ ਹੋਊਗਾ ਇਹਦੇ 'ਚ ਨਾ, ਸ਼ਾਇਦ ਕਰੰਟ ਹੋਊਗਾ ਇਹਦੇ 'ਚ, ਪਰ ਉਹ ਖੜੀ ਆ। ਬਾਕੀ ਡ੍ਰਿਪ ਸਿਸਟਮ ਹੋਊਗਾ ਇਹਦੇ ਵਿੱਚ ਜ਼ਰੂਰ, ਹੈ ਨਾ ਗੁਰਜੀਤ? ਡ੍ਰਿਪ ਸਿਸਟਮ ਨਾਲ ਪਾਣੀ ਦਿੰਦੇ ਹੋਣਗੇ। ਆਹ ਵੇਲੇ ਗਿੱਲੀ ਜਿਹੀ ਜਗ੍ਹਾ ਥੱਲੇ ਆ, ਵੇ ਆ ਦੋਸਤੋ, ਆ ਮੀਂਹ ਮੂੰਹ ਪਿਆ ਕਿ ਮੀਂਹ ਪਿਆ? ਨਹੀਂ ਯਾਰ, ਮੀਂਹ ਉੱਥੇ ਵੀ ਨਹੀਂ, ਡ੍ਰਿਪ 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 ਸਿਸਟਮ ਆ, ਇੱਥੇ ਸਿੱਕੀ ਹੈ, ਇੱਥੇ ਡ੍ਰਿਪ ਸਿਸਟਮ ਆ, ਕਿਤੇ ਕਿਤੇ ਦੋਸਤੋ ਡ੍ਰਿਪ ਸਿਸਟਮ ਲੱਗਿਆ ਹੋਇਆ ਵਿੱਚ, ਤੁਸੀਂ ਦੇਖ ਸਕਦੇ, ਦੇਖ ਸਕਦੇ ਵੀ ਆਹ ਜਗ੍ਹਾ ਗਿੱਲੀ ਆ। ਬਾਕੀ ਉਸ ਤੋਂ ਬਾਅਦ ਮੀਂਹ 'ਤੇ ਨਿਰਭਰ ਆ, ਐਡੀ ਹਰੀ ਸਰੋਂ ਖੜੀ ਆ, ਅਤੇ ਮੈਂ ਅੱਗੇ ਹੈਰਾਨ, ਮੈਂ ਯਾਰ ਡ੍ਰਿਪ ਸਿਸਟਮ ਲੱਗਿਆ ਹੋਊਗਾ ਨਾ, ਅਤੇ ਇਹਦੇ ਵਿੱਚ ਡ੍ਰਿਪ ਸਿਸਟਮ ਲੱਗਿਆ, ਅਸੀਂ ਵੀਡੀਓ ਵੀ ਪਾਈ ਆ, ਅਸੀਂ ਸੋਚਿਆ ਵੀ ਕਿਤੇ ਕੁਦਰਤ 'ਤੇ ਨਿਰਭਰ ਆ, ਪਰ ਨਹੀਂ, ਆਹ ਦੇਖ ਲਓ ਥਾਂ ਗਿੱਲਾ। ਗੁਰਜੀਤ, ਬਹੁਤ ਵਧੀਆ ਚੀਜ਼ ਆ, ਆਪਾਂ ਦੇਖਦੇ ਹਾਂ ਆਪਣੇ ਪੰਜਾਬ 'ਚ ਲੋਕ ਸਰੋਂ ਕੇਰਦੇ ਨੇ, ਪਰ ਇੱਥੇ ਲੋਕ ਸਰੋਂ ਕੇਰਦੇ ਨਹੀਂ, ਸਿੱਧੀ ਬੀਜੀ ਹੋਈ ਆ, ਆਪਣੀ ਥੋੜ੍ਹੀ ਬਾਲੀ ਥਾਂ ਰੁਕ ਜੇ, ਕਿਸਾਨ ਲੋਕ ਲੜਦੇ ਨੇ, ਇੱਧਰ ਦੇਖੋ ਕਿੰਨੀ ਕਿੰਨੀ ਦੜਾਂ ਪਈਆਂ ਨੇ। ਵਧੀਆ, ਮੈਂ ਲੋਕਾਂ ਨੂੰ ਇਹ ਕਹਿੰਦਾ, ਜੇ ਤੁਸੀਂ ਆਉਣਾ ਚਾਹੁੰਦੇ, ਜ਼ਿੰਦਗੀ 'ਚ ਇੰਜੋਏ ਕਰਨਾ ਚਾਹੁੰਦੇ, ਬੀਕਾਨੇਰ, ਜੋਧਪੁਰ, ਜੈਸਲਮੈਨ ਆਓ, ਜ਼ਿੰਦਗੀ ਦਾ ਆਨੰਦ ਮਾਣੋ, ਆਨੰਦ ਮਾਣੋ, ਪਤਾ ਲੱਗੇ ਵੀ ਅਸੀਂ ਕੁਛ ਕੀਤਾ ਹੋਇਆ। ਸਾਨੂੰ ਲੈ ਕੇ ਆਉਣ ਵਾਲਾ ਬੰਦਾ ਉਹ ਰੋਮੀ ਸਾਡਾ ਲੇਖਕ, ਜਿਹਦੇ ਗਾਣੇ ਵੀ ਤੁਹਾਨੂੰ ਸੁਣਾਵਾਂਗੇ। ਅਤੇ ਵੇਖ ਲਓ ਦੋਸਤੋ ਵੀ ਇਹ ਮੈਂ ਅੱਗੇ ਜਿਹੜੀ ਗੱਲ ਕੀਤੀ ਆ ਰੇਤਾ ਵਿਕਣ ਦੀ, ਇਹ ਰੇਤਾ ਦੋਸਤੋ ਵਿਕਿਆ ਕਰੂਗੀ, ਵਿਕਿਆ, ਆਹ ਜਿਹੜੀ ਰੇਤਾ ਦਾ ਮੁੱਲ ਪੈ ਜਾਣਾ ਨਾ ਪੰਜਾਬ 'ਚ ਜਾਇਆ ਕਰੂਗੀ ਮੁੱਲ ਆ ਰੇਤਾ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਕਿ ਆਪਾਂ ਟਿੱਬੇ ਪੱਧਰ ਕਰਕੇ ਸੱਟੀ ਜਾਂਦੇ ਹਾਂ, ਭਰਤਾਂ ਪਾਈ ਜਾਂਦੇ ਹਾਂ, ਅਤੇ ਥੱਲਿਓਂ ਵੀ ਕੱਢ ਕੱਢ ਕੇ ਰੇਤਾ ਆਪਾਂ ਕੁੱਲ ਮਿਲਾ ਕੇ ਬਹੁਤ ਸਾਰੀਆਂ ਬਿਲਡਿੰਗਾਂ ਬਣੀ ਜਾਂਦੀਆਂ ਨੇ, ਆਉਣ ਵਾਲੇ ਸਮੇਂ 'ਚ ਨਾ ਵਿਕੇ ਰੇਤਾ ਤਾਂ ਮੈਨੂੰ ਕਹਿ ਦਿਓ, ਕਿਉਂਕਿ ਸਾਡੇ ਏਰੀਏ ਦੇ ਵਿੱਚ ਬਹੁਤ ਸਾਰੇ ਟਿੱਬੇ ਸੀ ਜਿਹੜੇ ਕਿ ਖਤਮ ਹੋ ਚੁੱਕੇ ਨੇ। ਲਿਖਾਰੀ ਸਾਹਿਬ ਕੋਈ ਲੈਣ ਚੇਤੇ, ਲਿਖਾਰੀ ਸਾਹਿਬ ਲੱਗੇ ਹੋਏ ਬਿਜੀ ਆ, ਫੋਨ ਆਇਆ ਹੋਇਆ ਉਹਨਾਂ ਨੂੰ, ਕਿਉਂਕਿ ਲਿਖਾਰੀ ਸਾਹਿਬ ਰਹਿੰਦੇ ਫਿਲੀਪੀਨ, ਅਤੇ ਚਾਚੀ ਸਾਡੀ ਹੈਗੀ ਮਨੀਲਾ ਤੋਂ, ਘੰਟਾ ਬਾਅਦ
ਹੋਰ ਲਿਖਾਰੀ ਸਾਹਿਬ ਕੋਈ ਗਾਣਾ ਚੇਤੇ ਆਇਆ? ਇੱਕ ਗੱਲ ਕਹਿਣੀ ਚਾਹੁੰਦਾ, ਗੱਲ ਤੁਹਾਨੂੰ ਕਹਿਣੀ ਚਾਹੁੰਦਾ, ਜਿਹੜੀ ਧਰਤੀ ਨੇ ਤੁਹਾਨੂੰ ਜਨਮ ਦਿੱਤਾ ਹੈ ਉਸੇ ਤੁਰਨਾ ਸਿਖਾਇਆ, ਉਸੇ ਬੋਲਣਾ। ਹਾਂਜੀ, ਜਿਹਦੇ ਉੱਤੇ ਲੁਕਣ ਮਚਾਈ ਤੁਸੀਂ ਖੇਡੇ, ਉਸੇ ਲੁਕਣਾ ਸਿਖਾਇਆ, ਉਸੇ ਟੋਲਣਾ ਟੋਲਣਾ। ਪੰਜ ਦਰਿਆਵਾਂ ਦੀ ਮੈਂ ਕੱਲੀ ਕੱਲੀ ਭੈਣ, ਕਦੇ ਮਿਟਣ ਦਿਓ ਨਾ ਮੇਰੇ ਖਾਬ ਨੂੰ। ਵਤਨਾ ਤੋਂ ਦੂਰ ਰਹਿੰਦੇ ਪਰਦੇ ਸੀ, ਕਦੇ ਭੁੱਲਿਓ ਨਾ ਆਪਣੇ ਪੰਜਾਬ ਨੂੰ। ਭੁੱਲਦਾ ਨੀ ਪੰਜਾਬ ਨੂੰ ਚਾਚਾ, ਜ਼ਰੂਰ ਆਉਂਦਾ। 6 ਮਹੀਨਿਆਂ ਬਾਅਦ ਇਹਨੇ ਮਹੀਨਾ ਗੇੜਾ ਲਾ ਕੇ ਜਾਣਾ ਪੰਜਾਬ ਦੇ ਵਿੱਚ, ਇੰਨਾ ਪੰਜਾਬ ਨਾਲ ਮੋਹ ਚਾਚੇ ਸਾਡੇ ਦਾ। ਚਾਚਾ ਕਿਵੇਂ ਲੱਗਿਆ ਫਿਰ ਮਾਹੌਲ ਇੱਧਰ? ਤੂੰ ਤਾਂ ਵੇਹਣਾ ਹੀ ਰਹਿਣਾ ਵੈਸੇ। ਮਾਹੌਲ ਬਹਿ ਜਾ ਵੇਖ। ਅਸੀਂ ਪਹਿਲਾਂ ਖੁਸ਼ ਹੁੰਦਾ ਹੈ, ਅਸੀਂ ਪਹਿਲਾਂ ਸੋਚਿਆ ਵੀ ਇੱਥੇ ਮਤਲਬ ਕਿ ਡ੍ਰਿਪ ਵੀ ਇਹ ਕੁਦਰਤ ਨਿਰਭਰ ਆ, ਪਰ ਲੋਕ ਬਹੁਤ ਐਡਵਾਂਸ ਹੋ ਗਿਆ, ਡ੍ਰਿਪ ਸਿਸਟਮ ਲੱਗਿਆ ਹੋਇਆ ਅੰਦਰ। ਹਾਂ, ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਹੀ, ਡ੍ਰਿਪ ਸਿਸਟਮ ਲੱਗਿਆ ਹੋਇਆ ਅਤੇ ਥੱਲੇ ਤਾਂ ਹੀ ਮੈਂ ਆਖੀਏ ਨਾ, ਇੰਨੀ ਹਰੀ ਭਰੀ ਕਿਵੇਂ ਖੜੀ ਸਰੋਂ, ਵੀ ਇੰਨੇ ਮੀਂਹ ਮੂੰਹ ਵੀ ਨਹੀਂ ਇੱਧਰ, ਹਨਾ ਇੰਨੇ ਹੈਗੇ ਯਾਰ। ਜੇ ਹੁਣ ਸਿਆਲ ਇਹਨਾਂ ਇੱਕ ਵਾਰੀ ਇਹਨਾਂ ਨੇ ਸਪਰੇਅ ਪਾਣੀ ਜਿਹਦੀ ਕਰਤੀ, ਹਾਂ ਇਹ ਕਿੰਨਾ ਚਿਰ ਥੱਲੇ ਠੰਡ ਨਹੀਂ ਜਾਣੀ। ਹਾਂ, ਬਾਕੀ ਸਰੋਂ ਆਉਣ ਵਾਲੇ ਸਮੇਂ 'ਚ ਹੋਣ ਵਾਲੀ ਆ ਮਹਿੰਗੀ, ਕਿਉਂਕਿ ਸਰੋਂ ਘੱਟ ਬਹੁਤ ਆ, ਰੇਟ ਚੱਕੇ ਜਾਣੇ ਆ, ਤੇਲ ਵਿਕੂ ਫਿਰ ਇੱਕ ਵਾਰ ਮਹਿੰਗਾ। ਬਾਕੀ ਦੋਸਤੋ ਚੱਲਦੇ ਹਾਂ ਨੈਕਸਟ ਡੈਸਟੀ। ਇੱਧਰ ਰੋਡ ਆ ਜੀ ਇਹ ਬੀਕਾਨੇਰ ਰੋਡ, ਅਤੇ ਹੁਣ ਅਸੀਂ ਚੱਲੇ ਹਾਂ ਬੀਕਾਨੇਰ। ਥੈਂਕ ਯੂ ਦੋਸਤੋ, ਵੀਡੀਓ ਨੂੰ ਸ਼ੇਅਰ ਕਰਦੇ ਜੀ ਵੱਧ ਤੋਂ ਵੱਧ।